ਤੁਸੀਂ ਅਕਸਰ ਸੁਣਿਆ ਹੋਣਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਅਤੇ ਚੋਰੀ ਜੋ ਹੁੰਦੀ ਹੈ ਉਸਦੇ ਵਿੱਚ ਸੋਨੇ ਦੇ ਗਹਿਣੇ ਜਾਂ ਫਿਰ ਕੋਈ ਕੀਮਤੀ ਚੀਜ਼ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਦੁਕਾਨਾਂ ਦੇ ਬਾਹਰ ਪਿਆ ਦੁੱਧ ਵੀ ਸੇਫ ਨਹੀਂ ਹੈ, ਕਿਉਂਕਿ ਹੁਣ ਦੁੱਧ ਦੇ ਉੱਪਰ ਵੀ ਚੋਰਾਂ ਦੀ ਪੂਰੀ ਨਜ਼ਰ ਹੈ ਅਤੇ ਹੁਣ ਦੁੱਧ ਨੂੰ ਵੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਜੀ ਹਾਂ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ੀਰਕਪੁਰ ਤੋਂ, ਜਿੱਥੇ ਕਿ ਚੋਰਾਂ ਦੇ ਵੱਲੋਂ ਦੁੱਧ ਦੇ ਡਾਲੇ ਹੀ ਚੋਰੀ ਕਰਕੇ ਲੈ ਗਏ ਨੇ ਜੋ ਕਿ ਦੁਕਾਨ ਦੇ ਬਾਹਰ ਰੱਖੇ ਹੋਏ ਸੀ ਅਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਚੋਰ ਜਿਹੜੇ ਸੀ ਉਹ ਆਟੋ ਦੇ ਵਿੱਚ ਆਉਂਦੇ ਨੇ, ਆਟੋ ਉਹਨਾਂ ਦੇ ਵੱਲੋਂ ਮੋੜ ਕੇ ਦੁਕਾਨ ਦੇ ਅੱਗੇ ਲਗਾਇਆ ਜਾਂਦਾ ਹੈ ਅਤੇ ਦੁਕਾਨਦਾਰ ਦੇ ਵੱਲੋਂ ਜਿਹੜਾ ਜੰਗਲਾ ਸੀ ਦੁੱਧ ਰੱਖਣ ਦੇ ਲਈ ਬਣਾਇਆ ਹੋਇਆ ਉਸ ਦੇ ਵਿੱਚ ਦੁੱਧ ਰੱਖਿਆ ਸੀ, ਤਾਂ ਜਿਵੇਂ ਹੀ ਆਟੋ ਚਾਲਕ ਉਸ ਦੇ ਕੋਲ ਆਪਣਾ ਲਿਆ ਕੇ ਆਟੋ ਖੜ੍ਹਾ ਕਰਦੇ ਨੇ ਤਾਂ ਉਸ ਦੇ ਵਿੱਚੋਂ ਇੱਕ ਨੌਜਵਾਨ ਉਤਰਦਾ ਅਤੇ ਉਤਰਦੇ ਸਾਰ ਹੀ ਜੋ ਦੁੱਧ ਦੇ ਡਾਲੇ ਪਏ ਹੁੰਦੇ ਨੇ ਉਹਨਾਂ ਨੂੰ ਆਪਣੇ ਆਟੋ 'ਚ ਰੱਖਦਾ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਜਦੋਂ ਦੁਕਾਨਦਾਰ ਨੇ ਆ ਕੇ ਦੇਖਿਆ ਤਾਂ ਉਹ ਸਾਰਾ ਜਿਹੜਾ ਜੰਗਲਾ ਸੀ ਉਹ ਖਾਲੀ ਸੀ ਅਤੇ ਉਸ ਤੋਂ ਬਾਅਦ ਉਸਦੇ ਵੱਲੋਂ ਜਦੋਂ CCTV ਚੈੱਕ ਕੀਤੀ ਗਈ ਤਾਂ ਉਸਦੇ ਵਿੱਚ ਘਟਨਾ ਦਾ ਖੁਲਾਸਾ ਹੁੰਦਾ ਕਿ ਆਟੋ ਸਵਾਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਘਟਨਾ ਨਾਲ ਹੀ ਲੱਗੇ CCTV 'ਚ ਕੈਦ ਹੋ ਗਈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਵਾਰ ਮੁੜ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਆਖਿਰ ਕਿਵੇਂ ਇਹ ਦੁੱਧ ਦੇ ਡਾਲੇ ਜੋ ਸੀ ਉਹ ਚੋਰੀ ਕੀਤੇ ਗਏ ਨੇ। ਹਾਲਾਂਕਿ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਕਿਉਂਕਿ ਜੋ ਦੁੱਧ ਦੀਆਂ ਗੱਡੀਆਂ ਨੇ ਜਦੋਂ ਕੰਪਨੀ ਤੋਂ ਨਿਕਲਦੀਆਂ ਨੇ ਤਾਂ ਕਾਫੀ ਸਵੇਰੇ ਨਿਕਲਦੀਆਂ ਨੇ ਤਾਂ ਕਈ ਦੁਕਾਨਦਾਰ ਜੋ ਲੇਟ ਦੁਕਾਨ ਨੂੰ ਖੋਲ੍ਹਦੇ ਨੇ ਉਹਨਾਂ ਦੇ ਦੁਕਾਨਾਂ ਦੇ ਬਾਹਰ ਉਹ ਕੰਪਨੀ ਦੀਆਂ ਗੱਡੀਆਂ ਦੁੱਧ ਰੱਖ ਕੇ ਚਲੀ ਜਾਂਦੀਆਂ ਨੇ। ਤਾਂ ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਇਸ ਦੁਕਾਨਦਾਰ ਦੇ ਵੱਲੋਂ ਵੀ ਦੁੱਧ ਦੇ ਲਈ ਇਹ ਸਪੈਸ਼ਲ ਜਗ੍ਹਾ ਬਣਾਈ ਹੋਈ ਸੀ। ਸ਼ਾਇਦ ਇਸ ਦੀ ਪਹਿਲਾਂ ਇਹਨਾਂ ਦੇ ਵੱਲੋਂ ਰੇਕੀ ਕੀਤੀ ਗਈ ਹੋਵੇ ਕਿ ਦੁਕਾਨਦਾਰ ਲੇਟ ਆਉਂਦਾ ਤਾਂ ਇਹ ਦੁੱਧ ਬਾਹਰ ਪਿਆ ਹੁੰਦਾ ਜਿਸ ਨੂੰ ਕਿ ਆਸਾਨੀ ਦੇ ਨਾਲ ਚੋਰੀ ਕੀਤਾ ਜਾ ਸਕਦਾ। ਤਾਂ ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕੀਤਾ ਗਿਆ। ਪਹਿਲਾਂ ਆਟੋ ਲਿਆ ਕੇ ਆਪਣਾ ਉਸਦੇ ਅੱਗੇ ਖੜਾਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਡਾਲੇ ਜੋ ਸੀ ਦੁੱਧ ਦੇ ਭਰੇ ਹੋਏ ਉਹ ਇਸ ਆਟੋ ਦੇ ਵਿੱਚ ਰੱਖੇ ਅਤੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜ਼ੀਰਕਪੁਰ ਦੇ ਢਕੋਲੀ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਚੋਰੀ ਦਾ, ਅਕਸਰ ਹੀ ਢਕੋਲੀ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਇਸ ਵਾਰਦਾਤ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ। ਤੁਸੀਂ ਅਕਸਰ ਸੁਣਿਆ ਹੋਣਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਅਤੇ ਚੋਰੀ ਜੋ ਹੁੰਦੀ ਹੈ ਉਸਦੇ ਵਿੱਚ ਸੋਨੇ ਦੇ ਗਹਿਣੇ ਜਾਂ ਫਿਰ ਕੋਈ ਕੀਮਤੀ ਚੀਜ਼ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਦੁਕਾਨਾਂ ਦੇ ਬਾਹਰ ਪਿਆ ਦੁੱਧ ਵੀ ਸੇਫ ਨਹੀਂ ਹੈ, ਕਿਉਂਕਿ ਹੁਣ ਦੁੱਧ ਦੇ ਉੱਪਰ ਵੀ ਚੋਰਾਂ ਦੀ ਪੂਰੀ ਨਜ਼ਰ ਹੈ ਅਤੇ ਹੁਣ ਦੁੱਧ ਨੂੰ ਵੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਜੀ ਹਾਂ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ੀਰਕਪੁਰ ਤੋਂ, ਜਿੱਥੇ ਕਿ ਚੋਰਾਂ ਦੇ ਵੱਲੋਂ ਦੁੱਧ ਦੇ ਡਾਲੇ ਹੀ ਚੋਰੀ ਕਰਕੇ ਲੈ ਗਏ ਨੇ ਜੋ ਕਿ ਦੁਕਾਨ ਦੇ ਬਾਹਰ ਰੱਖੇ ਹੋਏ ਸੀ ਅਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਚੋਰ ਜਿਹੜੇ ਸੀ ਉਹ ਆਟੋ ਦੇ ਵਿੱਚ ਆਉਂਦੇ ਨੇ, ਆਟੋ ਉਹਨਾਂ ਦੇ ਵੱਲੋਂ ਮੋੜ ਕੇ ਦੁਕਾਨ ਦੇ ਅੱਗੇ ਲਗਾਇਆ ਜਾਂਦਾ ਹੈ ਅਤੇ ਦੁਕਾਨਦਾਰ ਦੇ ਵੱਲੋਂ ਜਿਹੜਾ ਜੰਗਲਾ ਸੀ ਦੁੱਧ ਰੱਖਣ ਦੇ ਲਈ ਬਣਾਇਆ ਹੋਇਆ ਉਸਦੇ ਵਿੱਚ ਦੁੱਧ ਰੱਖਿਆ ਸੀ, ਤਾਂ ਜਿਵੇਂ ਹੀ ਆਟੋ ਚਾਲਕ ਉਸਦੇ ਕੋਲ ਆਪਣਾ ਲਿਆ ਕੇ ਆਟੋ ਖੜ੍ਹਾ ਕਰਦੇ ਨੇ ਤਾਂ ਉਸਦੇ ਵਿੱਚੋਂ ਇੱਕ ਨੌਜਵਾਨ ਉਤਰਦਾ ਅਤੇ ਉਤਰਦੇ ਸਾਰ ਹੀ ਜੋ ਦੁੱਧ ਦੇ ਡਾਲੇ ਪਏ ਹੁੰਦੇ ਨੇ ਉਹਨਾਂ ਨੂੰ ਆਪਣੇ ਆਟੋ 'ਚ ਰੱਖਦਾ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਜਦੋਂ ਦੁਕਾਨਦਾਰ ਨੇ ਆ ਕੇ ਦੇਖਿਆ ਤਾਂ ਉਹ ਸਾਰਾ ਜਿਹੜਾ ਜੰਗਲਾ ਸੀ ਉਹ ਖਾਲੀ ਸੀ ਅਤੇ ਉਸ ਤੋਂ ਬਾਅਦ ਉਸਦੇ ਵੱਲੋਂ ਜਦੋਂ CCTV ਚੈੱਕ ਕੀਤੀ ਗਈ ਤਾਂ ਉਸਦੇ ਵਿੱਚ ਘਟਨਾ ਦਾ ਖੁਲਾਸਾ ਹੁੰਦਾ ਕਿ ਆਟੋ ਸਵਾਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ
ਦਿੱਤਾ ਗਿਆ ਤੇ ਘਟਨਾ ਨਾਲ ਹੀ ਲੱਗੇ ਸੀਸੀਟੀਵੀ ਚ ਕੈਦ ਹੋ ਗਈ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਵਾਰ ਮੁੜ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਆਖਿਰ ਕਿਵੇਂ ਇਹ ਦੁੱਧ ਦੇ ਡਾਲੇ ਜੋ ਸੀ ਉਹ ਚੋਰੀ ਕੀਤੇ ਗਏ ਨੇ। ਹਾਲਾਂਕਿ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਕਿਉਂਕਿ ਜੋ ਦੁੱਧ ਦੀਆਂ ਗੱਡੀਆਂ ਨੇ ਜਦੋਂ ਕੰਪਨੀ ਤੋਂ ਨਿਕਲਦੀਆਂ ਨੇ ਤਾਂ ਕਾਫੀ ਸਵੇਰੇ ਨਿਕਲਦੀਆਂ ਨੇ ਤਾਂ ਕਈ ਦੁਕਾਨਦਾਰ ਜੋ ਲੇਟ ਦੁਕਾਨ ਨੂੰ ਖੋਲ੍ਹਦੇ ਨੇ ਉਹਨਾਂ ਦੇ ਦੁਕਾਨਾਂ ਦੇ ਬਾਹਰ ਉਹ ਕੰਪਨੀ ਦੀਆਂ ਗੱਡੀਆਂ ਦੁੱਧ ਰੱਖ ਕੇ ਚਲੀ ਜਾਂਦੀਆਂ ਨੇ। ਤਾਂ ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਇਸ ਦੁਕਾਨਦਾਰ ਦੇ ਵੱਲੋਂ ਵੀ ਦੁੱਧ ਦੇ ਲਈ ਇਹ ਸਪੈਸ਼ਲ ਜਗ੍ਹਾ ਬਣਾਈ ਹੋਈ ਸੀ। ਸ਼ਾਇਦ ਇਸ ਦੀ ਪਹਿਲਾਂ ਇਹਨਾਂ ਦੇ ਵੱਲੋਂ ਰੇਕੀ ਕੀਤੀ ਗਈ ਹੋਵੇ ਕਿ ਦੁਕਾਨਦਾਰ ਲੇਟ ਆਉਂਦਾ ਤਾਂ ਇਹ ਦੁੱਧ ਬਾਹਰ ਪਿਆ ਹੁੰਦਾ ਜਿਸ ਨੂੰ ਕਿ ਆਸਾਨੀ ਦੇ ਨਾਲ ਚੋਰੀ ਕੀਤਾ ਜਾ ਸਕਦਾ। ਤਾਂ ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕੀਤਾ ਗਿਆ। ਪਹਿਲਾਂ ਆਟੋ ਲਿਆ ਕੇ ਆਪਣਾ ਉਸਦੇ ਅੱਗੇ ਖੜਾਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਡਾਲੇ ਜੋ ਸੀ ਦੁੱਧ ਦੇ ਭਰੇ ਹੋਏ ਉਹ ਇਸ ਆਟੋ ਦੇ ਵਿੱਚ ਰੱਖੇ ਅਤੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜ਼ੀਰਕਪੁਰ ਦੇ ਢਕੋਲੀ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਚੋਰੀ ਦਾ, ਅਕਸਰ ਹੀ ਢਕੋਲੀ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਇਸ ਵਾਰਦਾਤ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ।